कोरोना वायरस की बीमारी के चलते जिथे पूरा देश विच करफ्यू का माहौल बनया होया है उत्थे ही आम जन जीवन भी बहुत बुरी तरह प्रभावित होया है। जिहड़े आम लोग उही कमाउंदे ने ते उही कमाई नाल अपना गुजारा करदे ने सब तो ज़्यादा मुश्किल उन्हां नूं आ रही है। इसे मुश्किल दे नूं देखदिआं संत बाबा करम सिंह स्पोर्ट्स क्लब हिम्मतपुरा जिला मोगा वल्लों NRI वीरां अते पिंड दे सहयोग दे नाल पिंड दे विच अति गरीब परिवारां नूं राशन मुहैया कराया गया। आओ जानते हैं की कहना है क्लब के प्रधान लखवीर सिंह का इस बारे। डेरा हिम्मतपुरा असी इन्हां आपदे नगर नूं बचाउण दी खातर जो भी प्रबंध करदे आ ये NRI वीरां दे सहयोग नाल क्लब वाले आपदे कोलों पैसे पा के डेरा गुरद्वारा हिम्मतपुरा दे विचों लै के NRI वीरां ने अज सानूं बहुत सहयोग दा होर भी फोन आ जांदे आ उन्हां मन्नियों असी राशन कर इकट्ठा करके जो भी पिंड दे विच लोड़वंद परिवार आ जिन्हां दे घर विच जमें राशन है नहीं असी उन्हां तक पहुँचा रहे हैं जी। साडी बेनती आ भी होर भी कोई NRI वीर आपो अपने पिंडां दे विच सब वंडण औखी घड़ी आ सारे इस घड़ी दे विच इक दूजे दा साथ देण ना कि जिहदे घर विच चार दिन दा राशन पिया पंज दिन दा ओह ना लै के जाओ जिहदे घर जमें ही है नहीं नंबर उहदा भी आजू दो दिन बाद आजू तिना दिन बाद आजू अगली लिस्ट दे विच आजू पर जिहदे घर विच जमें ही बच्चे भुखे बैठे आ ते आप भुखे बैठे आ उहनां दे घर विच राशन पहुंचाउणा जरूरी आ ते उहनां नूं ही लिजाउणा जरूरी आ। मेरी हत्थ बन्न के इह बेनती आ ਵੀ ਦੋ ਚੌਂ ਦਿਨਾਂ ਵਾਲਾ ਰਾਸ਼ਨ ਵਾਲਾ ਹੋਰ ਦੋ ਚੌਂ ਦਿਨਾਂ ਦਾ ਰਾਸ਼ਨ ਨਾ ਇਕੱਠਾ ਕਰੇ। ਵਾਹਿਗੁਰੂ ਜੀ ਕਾ ਖਾਲਸਾ। ਤੁਹਾਡਾ ਨਾਮ ਸਰ ਜੀ? ਮੇਰਾ ਨਾਮ ਲਖਵੀਰ ਸਿੰਘ ਹੈ ਜੀ। ਮੈਂ ਕਲੱਬ ਦਾ ਪ੍ਰਧਾਨ ਆ ਸੰਤ ਬਾਬਾ ਕਰਮ ਸਿੰਘ ਸਪੋਰਟਸ ਕਲੱਬ ਦਾ ਪ੍ਰਧਾਨ ਆ ਜੀ ਮੈਂ। ਤੇ ਇਸ ਪਿੰਡ ਦੇ ਵਿੱਚ ਹਲੇ ਤੱਕ ਕੋਈ ਰਾਸ਼ਨ ਦੀ ਜਾਂ ਖਾਣ ਪੀਣ ਦੀ ਸਰਕਾਰੀ ਸੁਵਿਧਾ ਕੋਈ ਪਹੁੰਚੀ ਆ? ਨਹੀਂ ਸਰ, ਕੋਈ ਗੱਲਾਂ ਹੋਈ ਜਾਂਦੀਆਂ ਹਜੇ ਕੋਈ ਨਹੀਂ ਆਈ। ਅਸੀਂ ਕੱਲ ਦੇ ਲੱਗੇ ਹੋਏ ਆ, ਕੱਲ ਦੇ ਵੀ ਅਸੀਂ ਰਾਸ਼ਨ ਵੰਡ ਚੁੱਕੇ ਆ ਲੱਖ ਡੇਢ ਲੱਖ ਰੁਪਏ ਸਵਾ ਲੱਖ ਦਾ। ਸਾਨੂੰ ਬਾਹਰੋਂ ਵੀ ਸਹੂਲਤ ਆਈ NRI ਕੁਛ ਅਸੀਂ ਆਪਦੇ ਕੋਲੋਂ ਵੀ ਕੀਤਾ ਕੁਛ। ਸਾਡੇ ਅੱਜ NRI ਵੀਰ ਆਏ ਹੋਏ ਆ ਜਿਹੜੇ ਉਹਨਾਂ ਨੂੰ ਅਸੀਂ ਫੋਨ ਲਾਏ ਆ ਉਹਨਾਂ ਨੇ ਵੀ ਸਾਨੂੰ ਅੱਜ ਰਾਸ਼ਨ ਦਿੱਤਾ। ਬਾਕੀ ਸਾਡੇ ਡੇਰੇ ਬੰਨਿਓਂ ਵੀ ਜਿੰਨੀ ਸਹਾਇਤਾ ਹੁੰਦੀ ਆ ਬਾਬਾ ਜੀ ਕਰ ਰਹੇ ਆ, ਇਹ ਸਿਰਫ ਅਸੀਂ ਆਪਦੇ ਕੋਲੋਂ ਕਰ ਰਹੇ ਹਾਂ ਜੀ। ਯਾਨੀ ਕਿ ਸਰਕਾਰ ਵੱਲੋਂ ਸਹਾਇਤਾ ਦੇ ਨਾਮ 'ਤੇ ਸਿਰਫ ਹਲੇ ਅਖਬਾਰੀ ਗੱਲਾਂ ਜਾਂ ਟੈਲੀਵਿਜ਼ਨ ਚੈਨਲਾਂ 'ਤੇ? ਦੇਖੋ ਜੀ, ਜੋ ਸਰਕਾਰ ਵੱਲੋਂ ਆਊਗਾ ਅਸੀਂ ਉਹੀ ਦੱਸ ਸਕਦੇ ਹਾਂ, ਹਜੇ ਕੁਛ ਨਹੀਂ ਆਇਆ। ਜੇ ਕੋਈ ਆਊਗਾ ਵੰਡਿਆ ਜਾਊਗਾ ਉਹ ਅਸੀਂ ਜ਼ਰੂਰ ਦੱਸਾਂਗੇ ਵੀ ਆਹ ਸਰਕਾਰ ਨੂੰ ਆਇਆ, ਹਜੇ ਕੋਈ ਸਹਾਇਤਾ ਨਹੀਂ ਆਈ। ਤੁਹਾਡਾ ਮੋਬਾਈਲ ਨੰਬਰ ਸਰ, ਜਿਹਦੇ ਕੋਈ ਲੋੜਵੰਦ ਹਿੰਮਤਪੁਰਾ ਪਿੰਡ ਦਾ ਤੁਹਾਨੂੰ ਕਾਲ ਕਰ ਸਕੇ? ਮੇਰਾ ਨੰਬਰ ਹੈ 85680 42 316। ਸਾਡਾ ਸੰਪਰਕ ਨੰਬਰ ਸਾਰੇ ਆਪਣੇ ਜਿਵੇਂ ਬਸਤੀਆਂ ਦੇ ਵਿੱਚ ਬੰਦੇ ਆ ਜਿਹੜੇ ਅਟੈਚਮੈਂਟ ਆ ਉਹਨਾਂ ਨੂੰ ਦਿੱਤਾ ਹੋਇਆ ਜੀ, ਵੀ ਜਿਹੜਾ ਵੀ ਕੋਈ ਪਰਿਵਾਰ ਜਮਾਂ ਹੀ ਭੁੱਖਾ ਬੈਠਾ ਸਾਨੂੰ ਦੱਸੋ, ਅਸੀਂ ਉਹਦੇ ਤੱਕ ਰਾਸ਼ਨ ਪਹੁੰਚਾ ਦਈਏ। ਲੇਕਿਨ ਪਿੰਡ ਜੰਗੀਆਂ ਦਾ ਹਿੰਮਤਪੁਰੇ ਦਾ ਨਾ, ਹਿੰਮਤਪੁਰੇ ਪਿੰਡ ਦੀ ਗੱਲ ਕਰਦਾ ਜੀ ਆਪਦੇ ਪਿੰਡ। ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ, ਇੱਥੇ ਆ ਅਸੀਂ ਕੱਲ੍ਹ ਦੇ ਲੱਗੇ ਹੋਏ ਹਾਂ। ਅੱਜ ਫਿਰ ਪਹਿਲਾਂ ਅਸੀਂ ਘਰਾਂ 'ਚ ਜਾ ਕੇ ਲਿਸਟ ਬਣਾਈ ਵੀ ਜਿਹਦੇ ਘਰ ਵਿੱਚ ਰਾਸ਼ਨ ਨਹੀਂ ਹੈ ਉਹ ਸਾਨੂੰ ਦੱਸੋ। ਉਦੋਂ ਬਾਅਦ ਦੋ ਚਾਰ ਅਸੀਂ ਪੰਜ ਬੰਦੇ ਲਾ ਕੇ ਉੱਥੇ ਉਹਨਾਂ ਦੀ ਪੈਕਿੰਗਾਂ ਬਣਾਈਆਂ, ਕਿੱਟਾਂ ਬਣਾਈਆਂ ਅਤੇ ਹੁਣ ਸਰ ਅਸੀਂ ਇਹ ਤੁਹਾਡੇ ਸਾਹਮਣੇ ਬਣ ਰਹੇ ਹਾਂ। ਇੱਕ ਬ੍ਰਦਰ, ਜਿਹੜੇ ਲੋਕਲ ਆਪਣੇ ਪਿੰਡਾਂ ਦੇ ਵਿੱਚ ਪਰਿਵਾਰ ਸੰਪੰਨ ਹੁੰਦੇ ਆ ਉਹਨਾਂ ਨੇ ਵੀ ਕੋਈ ਤੁਹਾਡੀ ਸਹਾਇਤਾ ਕਰ ਰਹੇ ਆ ਜਾਂ ਇਕੱਲੇ NRI ਵੀਰ ਅਤੇ ਸਾਧੂ ਸੰਤਾਂ ਵੱਲੋਂ ਹੀ ਸਹਾਇਤਾ ਹੋ ਰਹੀ ਆ? ਸਾਧੂ ਸੰਤਾਂ ਵੱਲੋਂ ਹਜੇ ਤਾਂ NRI ਵੀਰਾਂ ਨੂੰ ਹੀ ਸਾਡੀ ਸਹਾਇਤਾ ਹੋ ਰਹੀ ਹੈ ਜੀ। ਹੋਰ ਅਸੀਂ ਆਪਦੇ ਕਲੱਬ